ਬੰਸਲਾਲ ਜੀ ਕਿਸ ਤਰ੍ਹਾਂ ਪੂਰੀ ਘਟਨਾ ਹੋਈ ਸੀ ਇਹ? ਇਹਨਾਂ 24/3/2024 ਨੂੰ ਉਹਦਾ ਜਨਮ ਦਿਨ ਸੀ ਜੀ। ਅਸੀਂ ਇੱਕ ਜਮੈਟੋ ਤੋਂ ਔਨਲਾਈਨ ਕੇਕ ਮੰਗਾਇਆ ਜੀ। ਕੇਕ 6 ਵਜੇ ਔਡਰ ਕੀਤਾ ਜੀ, 6:30 ਵਜੇ ਕੇਕ ਪਹੁੰਚਿਆ। ਕਰੀਬ 7:15 ਵਜੇ ਅਸੀਂ ਕੇਕ ਕੱਟਿਆ ਜੀ। ਕੇਕ ਕੱਟਣ ਤੋਂ ਬਾਅਦ ਉਹ ਦੋਨੋਂ ਬੱਚਿਆਂ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ, ਔਰ ਬਾਕੀ ਮੈਂਬਰਾਂ ਨੇ ਵੀ ਖਾਧਾ, ਉਹਨਾਂ ਦੀ ਵੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਜੀ। ਦੋਨੋਂ ਛੋਟੀਆਂ ਬੱਚਿਆਂ ਨੂੰ, ਮਾਨਵੀ ਔਰ ਪ੍ਰੇਮਨ ਨੂੰ, ਉਲਟੀਆਂ ਲੱਗੀਆਂ ਜੀ। ਪ੍ਰੇਮਨ ਨੇ, ਛੋਟੀ ਗੁੜੀਆ ਨੇ, ਉਹਨੇ ਸਾਰਾ ਕੇਕ ਉਲਟੀਆਂ ਰਾਹੀਂ ਕੱਢ ਦਿੱਤਾ ਜੀ, ਪਰ ਹਾਲਤ ਫਿਰ ਵੀ ਉਹਦੀ ਬਹੁਤ ਖਰਾਬ ਸੀ। ਅਤੇ ਮਾਨਵੀ ਦੀ ਵਾਰ ਵਾਰ ਪਿਆਸ ਲੱਗ ਰਹੀ ਸੀ, ਬੁੱਲ ਸੁੱਕ ਰਹੇ ਸੀ ਉਹਦਾ, ਕਿ ਮੈਨੂੰ ਪਿਆਸ ਲੱਗੀ, ਪਾਣੀ ਪੀਂਦੀ ਰਹੀ। ਅਤੇ ਰਾਤ ਨੂੰ ਉਹ ਸੌ ਗਈ, ਅਤੇ 4 ਵਜੇ ਪਤਾ ਲੱਗਿਆ ਵੀ ਉਹਦੀ ਸਰੀਰ ਠੰਡਾ ਹੋ ਚੁੱਕਾ। ਅਤੇ 4 ਵਜੇ ਫਿਰ ਅਸੀਂ ਉਸਨੂੰ ਹਸਪਤਾਲ ਲੈ ਕੇ ਗਏ, ਡਾਕਟਰਾਂ ਨੇ ਆਕਸੀਜਨ ਲਾਈ, ECG ਕੀਤੀ, ਅਤੇ ਉਹਨਾਂ ਨੇ ਦੱਸਿਆ ਵੀ ਇਹਦੀ ਮੌਤ ਹੋ ਚੁੱਕੀ ਆ। ਅਤੇ ਛੋਟੀ ਗੁੜੀਆ ਵੀ ਇਸ ਤਰ੍ਹਾਂ ਸੀ। ਫਿਰ ਉਹ ਅਗਲੇ ਦਿਨ 25 ਤਰੀਕ ਨੂੰ ਉਹਨੂੰ ਡਾਕਟਰ ਨੇ ਆਪਣੇ ਕੋਲ ਰੱਖਿਆ, ਟ੍ਰੀਟਮੈਂਟ ਦਿੱਤਾ, ਦਵਾਈ ਦਿੱਤੀ, ਉਹਨੂੰ ਬੜੀ ਮੁਸ਼ਕਲ ਬਚਾ ਸਕੇ। ਅਤੇ ਸਾਨੂੰ ਆਪਣੇ ਪਰਿਵਾਰ ਨੂੰ ਵੀ ਇਸ ਤਰ੍ਹਾਂ ਸੀ ਵੀ ਸਾਰਾ ਦਿਨ ਡਾਵਾਂਡੋਲ, ਜਿੱਦਾਂ ਪੈਰ ਚੱਕ ਹੁੰਦੇ ਆ, ਚੱਕਰ ਆਉਂਦੇ ਆ ਜੀ, ਵੀ ਕੋਈ ਪਤਾ ਨਹੀਂ ਸਾਡੇ ਕੋਲੋਂ ਕਿਸ ਤਰ੍ਹਾਂ ਕਿਉਂ ਹੋ ਰਿਹਾ ਇਸ ਤਰ੍ਹਾਂ ਸਾਡੇ ਚੱਕਰ। ਤੁਸੀਂ ਦੱਸ ਰਹੇ ਸੀ ਕਿ ਤੁਸੀਂ ਸਿਹਤ ਵਿਭਾਗ ਕੋਲ ਪਹੁੰਚ ਕੀਤੀ, ਹਾਂਜੀ, ਅਤੇ ਪੁਲਿਸ ਕੋਲ ਵੀ ਗਏ ਸੀ, ਕਾਰਵਾਈ ਕਿਹਨੇ ਕੀਤੀ ਹੈ? ਦੇਖੋ ਜੀ, ਜਦੋਂ ਉਹਨਾਂ ਨੇ ਫਿਰ ਅਸੀਂ ਹਸਪਤਾਲ ਲੈ ਕੇ ਗਏ, ਉਹਨਾਂ ਨੇ ਸਾਡੀ ਲਾਸ਼ ਕਬਜ਼ੇ 'ਚ ਲੈ ਲਈ ਸੀ, ਅਤੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ, ਪੁਲਿਸ ਨੇ ਸਾਨੂੰ ਨਾਲ ਲੈ ਕੇ ਪੋਸਟਮਾਰਟਮ ਕਰਾਇਆ ਹਰਿੰਦਰਾ 'ਚ, ਅਤੇ ਫਿਰ ਸਾਨੂੰ ਉਹਨਾਂ ਨੇ ਲਾਸ਼ ਦਿੱਤੀ, ਅਸੀਂ ਸੰਸਕਾਰ ਕੀਤਾ। 2 ਦਿਨ ਅਸੀਂ CMO ਦਫ਼ਤਰ ਵਿਭਾਗ ਕੋਲ ਚਲੇ ਗਏ, ਉਹਨਾਂ ਨੇ ਸਿਰਫ ਇਹੀ ਕਿਹਾ ਵੀ ਅਸੀਂ ਉਹਨਾਂ ਕੋਲ ਬੇਨਤੀ ਕਰਦੇ ਸੀ ਵੀ ਸਾਡੇ ਘਰ ਕੇਕ ਪਿਆ ਬਚਿਆ ਹੋਇਆ, ਉਹਨੂੰ ਤੁਸੀਂ ਕਿਤੇ ਆਪਣੀ ਲੈਬ ਦੇ ਵਿੱਚ ਟੈਸਟ ਕਰਾਓ ਅਤੇ ਦੇਖੋ। ਪਰ ਉਹਨਾਂ ਨੇ ਉਹ ਟੈਸਟ ਕਰਨ ਦੀ ਬਜਾਏ ਇਹ ਕਿਹਾ ਵੀ ਅਸੀਂ ਦੁਕਾਨ ਤੋਂ ਸੈਂਪਲ ਲਵਾਂਗੇ, ਉਹ ਭੇਜਾਂਗੇ, ਫਿਰ ਉਹਦੀ ਰਿਪੋਰਟ ਲਵਾਂਗੇ। ਜਿਹੜਾ ਤੁਹਾਡੇ ਘਰ ਦੇ ਵਿੱਚ ਕੇਕ ਆ ਉਹਦਾ ਨਹੀਂ ਅਸੀਂ ਸੈਂਪਲ ਲੈ ਸਕਦੇ। ਪਰ ਚਲੋ, ਅਸੀਂ ਨੱਠ ਭੱਜ ਕੀਤੀ। ਇੱਕ ਗੱਲ ਹੋਰ, ਤੁਸੀਂ ਦੱਸ ਰਹੇ ਸੀ ਕਿ ਹੋਲੀ ਵਾਲੇ ਦਿਨ ਤੁਹਾਡੇ ਨਾਲ ਜਾ ਕੇ ਰੰਗ ਲੈ ਕੇ ਆਈ ਸੀ ਮਾਨਵੀ ਕਿ ਕੱਲ੍ਹ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਹੋਲੀ ਖੇਡਣੀ ਹੈ, ਉਹ ਵੀ ਬੜਾ ਤੁਹਾਨੂੰ ਦੁੱਖ ਹੋਇਆ ਜਦੋਂ ਅਗਲੇ ਦਿਨ ਉਹਦੀ? ਬਹੁਤ ਦੁੱਖ ਹੋਇਆ ਜੀ। ਦੇਖੋ, ਉਹਦੀ ਇੱਛਾ ਸੀ ਵੀ ਮੈਂ ਹੋਲੀ ਖੇਡਾਂ, ਰਾਤ ਨੂੰ ਹੀ ਸ਼ਾਮ ਨੂੰ ਉਹ ਰੰਗ ਲੈ ਕੇ ਆਈ, ਰੰਗ ਸਾਂਭ ਕੇ ਰੱਖੇ ਉਸਨੇ ਵੀ ਮੈਂ ਖੇਡਾਂਗੀ ਸਵੇਰੇ, ਪਰ ਉਹਨੂੰ ਖੇਡਣਾ ਨਸੀਬ ਨਹੀਂ ਹੋਇਆ ਜੀ। ਅਤੇ ਫਿਰ ਸੰਸਕਾਰ ਵੇਲੇ ਜੀ ਛੋਟੀ ਗੁੜੀਆ ਤੋਂ ਉਹਦੇ ਮੂੰਹ 'ਤੇ ਰੰਗ ਲਗਵਾਏ ਗਏ, ਰੰਗ ਲਗਵਾ ਕੇ ਉਹਦਾ ਸੰਸਕਾਰ ਕੀਤਾ ਜੀ। ਪਰ ਸਿਹਤ ਵਿਭਾਗ ਕੋਲ ਗਏ ਪਰ ਉਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਜੀ। ਅਤੇ ਅਸੀਂ ਹੁਣ ਇਹੀ ਮੰਗ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਡੇ ਬੱਚੇ ਦੀ ਮੌਤ ਲਈ ਆ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਬਿਲਕੁਲ। ਸੋ ਹਰਬੰਸ ਲਾਲ ਜੀ ਨੇ ਉਸ ਬੱਚੀ ਦੇ ਨਾਨਾ ਜੀ ਨੇ, ਜਿਨ੍ਹਾਂ ਨੇ ਕਿਹਾ ਕਿ ਹੋਲੀ ਵਾਲਾ ਦਿਨ ਸੀ, ਅਗਲੇ ਦਿਨ ਜਿਸ ਦਿਨ ਉਸਦੀ ਮੌਤ ਹੋਈ ਹੈ, ਪਹਿਲੇ ਦਿਨ ਜਨਮ ਦਿਨ ਸੀ, ਪਰ ਜਨਮ ਦਿਨ ਵਾਲੇ ਦਿਨ ਕੇਕ ਖਾਧਾ ਅਤੇ ਕੇਕ ਖਾਣ ਤੋਂ ਬਾਅਦ ਉਹਦੀ ਮੌਤ ਹੋ ਗਈ। ਜਿਹੜੇ ਅਰਮਾਨ ਸੀ ਬੱਚੀ ਦੇ ਕਿ ਮੈਂ ਹੋਲੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਉਣਾ, ਪਰ ਜਦੋਂ ਉਹਦਾ ਇਹ ਸੁਪਨਾ ਹੀ ਨਹੀਂ ਪੂਰਾ ਹੋ ਸਕਿਆ, ਮੌਤ ਨੇ ਉਸਨੂੰ ਆਪਣੀ ਅਗੋਸ਼ ਦੇ ਵਿੱਚ ਲੈ ਲਿਆ, ਤਾਂ ਅਗਲੇ ਦਿਨ ਉਸ ਦੇ ਸੰਸਕਾਰ ਤੋਂ ਪਹਿਲਾਂ ਉਹਦੀ ਛੋਟੀ ਭੈਣ ਨੇ ਉਹਦੇ ਮੂੰਹ ਦੇ ਉੱਪਰ ਉਹੀ ਹੋਲੀ ਦੇ ਰੰਗ ਜਿਹੜੇ ਉਹ ਬੱਚੀ ਖਰੀਦ ਕੇ ਲਿਆਈ ਸੀ ਕਿ ਸਵੇਰੇ ਹੋਲੀ ਖੇਡਾਂਗੇ, ਉਹਦੇ ਉੱਪਰ ਲਗਾ ਕੇ ਉਸਨੂੰ ਵਿਦਾ ਕਰ ਦਿੱਤਾ। ਸੋ ਪਰਿਵਾਰ ਦੀ ਇੱਕ ਮੰਗ ਇਹ ਵੀ ਹੈ ਕਿ ਸਿਹਤ ਵਿਭਾਗ ਨੇ
ਦੋ ਗੱਲਾਂ ਨੇ। ਪੁਲਿਸ ਨੇ ਫੌਰਨ ਕਾਰਵਾਈ ਕੀਤੀ, ਮਾਮਲਾ ਦਰਜ ਕੀਤਾ, ਪੋਸਟਮਾਰਟਮ ਕਰਵਾਇਆ ਅਤੇ ਉਹਦੀ ਰਿਪੋਰਟ ਅੱਜ ਜਾਂ ਕੱਲ੍ਹ ਨੂੰ ਪੁਲਿਸ ਨੂੰ ਸੌਂਪ ਦਿੱਤੀ ਜਾਊਗੀ। ਪਰ ਦੂਜੇ ਪਾਸੇ ਪਰਿਵਾਰ ਨੂੰ ਇਸ ਗੱਲ ਦਾ ਸ਼ਿਕਵਾ ਹੈ, ਰੋਸ ਹੈ ਕਿ ਉਸ ਮਾਸੂਮ ਬੱਚੀ ਦੀ ਮੌਤ ਦੇ ਉੱਪਰ ਸਿਹਤ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਕਿਹਾ ਕਿ ਤੁਸੀਂ ਬੇਕਰੀ ਦਾ ਪਤਾ ਕਰੋ ਕਿ ਬੇਕਰੀ ਕਿੱਥੇ ਹੈ, ਸੈਂਪਲ ਲਓ। ਪਰ ਉਹ ਕਹਿੰਦੇ ਨੇ ਕਿ ਅਸੀਂ ਬੇਕਰੀ ਲੱਭ ਕੇ ਉਹਦੇ ਸੈਂਪਲ ਤਾਂ ਲੈ ਲਾਂਗੇ ਜਿਹੜੇ ਉੱਥੇ ਕੇਕ ਨੇ, ਪਰ ਜਿਹੜਾ ਕੇਕ ਇੱਥੇ ਮੌਜੂਦ ਹੈ ਤੁਹਾਡੇ ਕੋਲ, ਅਸੀਂ ਉਹ ਕੇਕ ਤੁਹਾਨੂੰ ਨਹੀਂ ਦੇ ਸਕਦੇ। ਤੁਹਾਨੂੰ ਇੱਕ ਉਹ ਜਿਹੜੇ ਬਿੱਲ ਨੇਗੇ ਉਹ ਵੀ ਦਿਖਾ ਦਿੰਦੇ ਹਾਂ ਕਿ ਬਕਾਇਦਾ ਔਨਲਾਈਨ ਨੇ ਜਿਹੜੇ ਉਹ ਬਿੱਲ ਦਿੱਤੇ ਗਏ ਨੇ, ਜਿਹਦੇ ਵਿੱਚ ਸਾਫ਼ ਜਿਹੜਾ ਜ਼ੋਮੈਟੋ ਹੈ ਉਹਦੇ ਉੱਪਰ ਇਹਨਾਂ ਨੇ ਔਨਲਾਈਨ ਔਡਰ ਕੀਤਾ ਸੀ ਉਸ ਕੇਕ ਦਾ, ਅਤੇ ਉਹਦੇ ਵਿੱਚ ਬਕਾਇਦਾ ਲਿਖਿਆ ਕਿ ਕੇਕ ਕਾਨ੍ਹਾ ਰੈਸਟੋਰੈਂਟ ਦਾ ਨਾਮ ਹੈ ਅਤੇ ਅਦਾਲਤ ਬਾਜ਼ਾਰ ਪਟਿਆਲਾ ਦੇ ਵਿੱਚ ਉਹ ਦੁਕਾਨ ਹੈ ਜਿੱਥੇ ਇਸ ਪਰਿਵਾਰ ਨੇ ਔਨਲਾਈਨ ਕੇਕ ਨੂੰ ਔਡਰ ਕੀਤਾ ਸੀ। ਉੱਥੇ ਵੀ ਜਾ ਕੇ ਪਤਾ ਕਰਾਂਗੇ, ਕਿਉਂਕਿ ਹਜੇ ਤੱਕ ਸਿਹਤ ਵਿਭਾਗ ਨੂੰ ਉਸ ਬੇਕਰੀ ਦਾ ਹੀ ਪਤਾ ਨਹੀਂ ਲੱਗ ਸਕਿਆ ਪਰਿਵਾਰ ਦੇ ਕਹਿਣ ਅਨੁਸਾਰ, ਅਤੇ ਪੁਲਿਸ ਕਾਰਵਾਈ ਦੀ ਗੱਲ ਜ਼ਰੂਰ ਕਹਿ ਰਹੀ ਹੈ। ਸੋ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਬੇਕਰੀ ਦੇ ਖਿਲਾਫ਼ ਜਲਦ ਤੋਂ ਜਲਦ ਕਾਰਵਾਈ ਹੋ ਕੇ ਉਸ ਪਰਿਵਾਰ ਨੂੰ, ਉਸ ਬੱਚੀ ਨੂੰ ਇਨਸਾਫ਼ ਦਿੱਤਾ ਜਾਵੇ। ਪਟਿਆਲਾ ਦੇ ਅਮਨ ਨਗਰ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।